ਦੇਖੋ ਜੀ, ਗੱਲ ਇਹ ਹੈ ਵੀ 92 ਦੀ ਗੱਲ ਹੈ, ਉਦੋਂ ਟਰਾਂਸਫਰ ਹੋਈਆਂ ਹੀ ਸੀਗੀਆਂ। ਰਾਜਕਿਸ਼ਰ ਬੇਦੀ ਜਿਹੜੇ ਸੀਗੇ SSP ਲੱਗੇ ਲੁਧਿਆਣਾ, ਅਤੇ ਹਰਦੀਪ ਸਿੰਘ ਢਿੱਲੋਂ SSP ਸੀਗੇ ਜਗਰਾਓ। ਉੱਥੋਂ ਗਰੀਬ ਜਿਹੜੇ ਬਹੁਤੇ ਵਿਚਾਰੇ, ਇੱਕ ਡੱਬਾ ਚੱਲਦਾ ਸ਼ਟਲ ਮੋਗੇ ਤੋਂ ਸਵੇਰੇ, ਉਹ ਆਉਂਦਾ ਲੁਧਿਆਣੇ ਤੱਕ। ਜਿਹੜੇ ਕਾਮੇ ਕੂਮੇ ਨੇ ਗਰੀਬ, ਨੌਕਰੀਆਂ ਕਰਨ ਵਾਲੇ ਦੁਕਾਨਾਂ 'ਤੇ, ਉਹ ਆਪਣੀਆਂ ਰੋਟੀਆਂ ਰੋਟੀਆਂ ਲੈ ਕੇ ਉਸ ਡੱਬੇ ਦੇ ਵਿੱਚ ਲੁਧਿਆਣੇ ਤੱਕ ਆਉਂਦੇ ਨੇ। ਜਦੋਂ ਇਹ ਡੱਬਾ ਜਗਰਾਓਂ ਕ੍ਰੋਸ ਕੀਤਾ ਤਾਂ ਅੱਗੇ ਇੱਕ ਰੇਲਵੇ ਫਾਟਕ ਹੈ, ਰੇਲਵੇ ਫਾਟਕ ਕੋਲ ਗੁਰਜੰਟ ਉਹਨਾਂ ਨੇ ਇਹ ਰੇਲ ਰੋਕ ਲਈ। ਰੇਲ ਰੋਕ ਕੇ ਇਹਦੇ ਵਿੱਚ ਹਿੰਦੂ ਕੱਢ ਕੇ ਜਿਹੜੇ ਫਾਇਰਿੰਗ ਸ਼ੁਰੂ ਕਰਤੀ, ਉਹ ਮਾਰੇ ਇਹਨਾਂ ਨੇ। ਮਾਰਨ ਤੋਂ ਬਾਅਦ KPS ਗਿੱਲ ਦਾ ਫੋਨ ਜਾਂਦਾ ਲੁਧਿਆਣੇ SSP ਨੂੰ ਵੀ ਉੱਥੇ ਐਡੀ ਵੱਡੀ ਵਾਰਦਾਤ ਹੋਈ ਹੈ ਵੀ ਤੁਸੀਂ ਜਾ ਕੇ ਆਓ। ਅਸੀਂ CAS ਅਸੀਂ ਵੀ ਚੱਲ ਪਏ ਨਾਲ। ਚਲੋ ਅਸੀਂ ਜਦੋਂ ਜਗਰਾਓ ਆਏ ਉੱਥੇ, ਮੇਰੇ ਨਾ BSF ਸ਼ੂਜ ਆ ਪਾਇਆ ਸੀ ਉਸ ਦਿਨ, ਮੈਨੂੰ ਉਹਦਾ ਚੰਗੀ ਤਰ੍ਹਾਂ ਯਾਦ ਹੈ। ਜਦੋਂ ਰੇਲ 'ਚ ਗਏ ਹਾਂ, ਮੇਰਾ ਉਹ ਬੂਟ ਸਾਰਾ ਥੱਲੇ ਲਹੂ ਨਾਲ ਭੇਜਦਾ ਸੀ, ਇੰਨੀ ਬੁਰੀ ਹਾਲਤ ਸੀ। ਇਹਨਾਂ ਕੋਲ ਗੋਲੀਆਂ ਮੁੱਕ ਗਈਆਂ, ਗੋਲੀਆਂ ਮੁੱਕਣ ਤੋਂ ਬਾਅਦ ਇਹਨਾਂ ਕਿਹਾ ਵੀ ਕਿਰਪਾਨਾਂ ਵੱਢਣੇ ਸ਼ੁਰੂ ਕਰ ਦਿਉ। ਉਹ ਕਿਰਪਾਨ ਸੀ ਬੰਦੇ ਕੌਣ ਕੌਣ ਸੀ? ਹਰਨੇਕ ਭੱਪ, ਗੁਰਜੰਟ ਸਿੰਘ ਬੁੱਧਸਿੰਘਵਾਲਾ EC, ਅਤੇ ਇਹ KLF ਦੇ 5-6 ਸਰਗਰਮ ਜਿਹੜੇ ਮੈਂਬਰ ਸਾਰੇ ਹੀ ਉੱਥੇ ਸੀਗੇ, ਸਾਰਿਆਂ ਨੇ ਕੰਮ ਕੀਤਾ। ਉਦੋਂ ਬਾਅਦ ਅਸੀਂ ਵੀ ਗਏ ਉੱਥੇ, ਚਲੋ ਦੇਖਿਆ ਸਾਰਾ, ਰੋਟੀਆਂ ਰੋਟੀਆਂ ਲੋਕਾਂ ਦੀਆਂ ਵਿਚਾਰਿਆਂ ਦੀਆਂ, ਉੱਥੇ ਰੋਟਰੀਆਂ ਹੀ ਵੇਚੀ। ਆਹ ਇਹੋ ਜਿਹਾ ਇਹਨਾਂ ਨੇ ਕੰਮ ਜਿਹੜਾ ਉਸ ਵੇਲੇ ਉੱਥੇ ਕੀਤਾ। ਫਿਰ ਇਹਨੇ ਕਿਹਾ ਵੀ ਕਿਰਪਾਨਾਂ ਨਾਲ ਵੱਢਣੇ ਸ਼ੁਰੂ ਕਰ ਦਿਉ। ਉਹ ਇਹਨਾਂ ਨੇ ਕਿਰਪਾਨਾਂ ਨਾਲ ਵੱਢ ਵਢਾਈਆ ਸ਼ੁਰੂ ਕੀਤਾ। ਚਲੋ ਜਾਗਰੂ ਪੁਲਿਸ ਉੱਥੇ ਪਹੁੰਚਗੀ, ਇਹ ਨਿਕਲਣ ਕੋਲ ਗਏ। ਆਫਟਰ ਦੈਟ ਕੁਝ ਦਿਨਾਂ ਬਾਅਦ ਹੀ ਇਹਨਾਂ ਨੇ EC ਭੱਪ ਪਾਇਲ ਦੇ ਕੋਲ ਮੋਟਰ ਦਵਾ ਕੇ ਨਾ ਭਈਏ, ਦੋ ਦੋ ਤਿੰਨ ਤਿੰਨ ਜਿਹੜੇ ਮੋਟਰ ਦੇ ਸਾਰੇ ਠਾਲੇ, 30-35 ਭਈਏ ਇਕੱਠੇ ਕਰਕੇ ਇਹਨਾਂ ਨੇ ਉੱਥੇ ਮਾਰੇ। ਉਹ ਇਹਨਾਂ ਦੀ ਮੇਨ ਕਹਾਣੀ ਇਹੀ ਸੀ ਵੀ ਜਿਹੜੇ ਗਰੀਬ ਹਿੰਦੂ ਨੇ ਇਹਨਾਂ ਨੂੰ ਵੱਢੋ। ਇਹ ਜਿਹੜਾ ਭੱਪ ਹੈ, ਇੱਕ ਬਟਾਰੀ ਪਿੰਡ ਹੈ ਡੇਲੋ ਦੇ ਕੋਲ, ਉੱਥੋਂ ਦਾ ਰਹਿਣ ਵਾਲਾ। EC ਜਿਹੜਾ ਉਹ EC ਪਿੰਡ ਦਾ, ਸੰਗਰੂਰ ਧੂਰੀ ਦੇ ਕੋਲ EC ਪਿੰਡ ਪੈਂਦਾ, ਉੱਥੋਂ ਦਾ। ਆਖਰ ਤਾਂ ਹੋਇਆ ਕਿ ਵੀ ਉੱਥੋਂ ਚਲੋ ਇਹ ਨਿਕਲੇ ਨਿਕਲਾਏ ਸਾਰਾ ਕੁਛ ਹੋ ਗਿਆ। ਇਹਨਾਂ ਨੇ ਰਾਮ ਨਿਵਾਸ ਵਿਰਧਾ, ਇੱਕ ਟੈਕਸਟਾਈਲ ਮੰਤਰੀ ਸੀ, ਉਹਦਾ ਮੁੰਡਾ ਇਹਨਾਂ ਨੇ, ਉਹ ਕਮਲਾ ਸੀਗਾ, ਐਬਨੋਰਮਲ ਸੀ, ਉਹਨੂੰ ਚੱਕ ਲਿਆ ਦਿੱਲੀਓਂ, ਚੱਕ ਕੇ ਗੱਡੀ 'ਚ ਬਿਠਾ ਕੇ ਇਹ ਉਹਨੂੰ ਲੈ ਗਏ ਜੈਪੁਰ। ਜੈਪੁਰ ਇਹਨਾਂ ਨੇ ਇੱਕ ਮਕਾਨ ਲਿਆ 7 ਲੱਖ ਦਾ ਉੱਥੇ ਮੁੱਲ। ਉਹ ਮਕਾਨ ਲੈ ਕੇ ਇਹਨਾਂ ਨੇ ਮਿਰਜ਼ੇ ਦਾ ਮੁੰਡਾ ਉੱਥੇ ਰੱਖ ਲਿਆ। ਪੰਜਾਬ 'ਚੋਂ 3 ਪਾਰਟੀਆਂ ਭੇਜੀਆਂ, ਜਿਹੜਾ ਕਿ ਇੱਕ ਸੁਰਜੀਤ ਗਰੇਵਾਲ ਸੀਗਾ DSP ਪਟਿਆਲੇ ਤੋਂ, ਇੱਕ ਮੈਂ ਸੀ ਇੰਸਪੈਕਟਰ ਲੁਧਿਆਣਾ, ਅਤੇ ਇੱਕ ਸੀ ਇੰਸਪੈਕਟਰ ਕਰਨੈਲ ਸਿੰਘ ਮੱਲੀ ਰੋਪੜ ਤੋਂ। ਸੂਰੀ ਸਾਹਿਬ ਉੱਥੇ ਸੀਗੇ ਜੈਪੁਰ DIG। ਚਲੋ ਅਸੀਂ ਪਹੁੰਚ ਗਏ, ਸਾਡੇ ਉੱਥੇ ਰਹਿਣ ਦਾ ਪ੍ਰਬੰਧ ਕੀਤਾ ਇਹਨਾਂ ਨੇ। ਸਵੇਰੇ ਮੀਟਿੰਗ 10 ਵਜੇ ਰਹੋ, DI ਸਾਹਿਬ ਦਫ਼ਤਰ ਹੁੰਦੀ ਸੀਗੀ। ਮੀਟਿੰਗ ਤੋਂ ਬਾਅਦ ਸਾਰੇ ਆਪਸ ਸਲਾਹ ਸ਼ੁਰੂ ਕਰਕੇ, ਉੱਥੇ ਇੱਕ ਕ੍ਰਿਸ਼ਨਾ ਨਗਰ ਏਰੀਆ, ਕ੍ਰਿਸ਼ਨਾ ਨਗਰ 'ਚ ਇਹਨਾਂ ਨੇ ਲਿਆ ਸੀ ਮਕਾਨ। ਇਹ ਕੀ ਕਹਿੰਦੇ ਸੀ ਵੀ ਜਿਹੜਾ ਦਿਆ ਲਾਹੌਰੀਆ ਅਤੇ ਨਵਨੀਤ ਕਾਦੀਆਂ, ਇਹ ਉੱਥੋਂ ਡੀਲੈਕਸ ਬੱਸ ਫੜਦੇ ਸੀਗੇ, ਦਿੱਲੀ ਆਉਂਦੇ ਸੀ, ਦਿੱਲੀਓਂ ਇਹ ਕਰਦੇ ਸੀ ਫੈਕਸ ਮਿਰਦੇ ਨੂੰ। ਇੱਕ ਦਿਨ ਜਾਂਦਾ ਸੀ ਕਾਦੀਆਂ, ਇੱਕ ਦਿਨ ਜਾਂਦਾ ਸੀ ਦਿਆ ਲਾਹੌਰੀਆ। ਪ੍ਰੋਫੈਸਰ ਭੁੱਲਰ ਨੂੰ ਛੱਡਣ ਲਈ ਕਹਿੰਦਾ ਜੀ ਤੇਰਾ ਮੁੰਡਾ ਅਸੀਂ ਛੱਡ ਦਾਂਗੇ, ਤੂੰ ਪ੍ਰੋਫੈਸਰ ਭੁੱਲਰ ਨੂੰ ਛਡਾ ਦੇ, ਨਹੀਂ ਤੇਰਾ ਮੁੰਡਾ ਸਾਡੇ ਕਬਜ਼ੇ 'ਚ ਹੈ। ਇੱਕ ਦਿਨ ਉਹ ਜਾਂਦਾ ਸੀ ਫੈਕਸ ਕਰਨ, ਵਾਰੀ ਬੰਨੀ ਸੀ, ਇੱਕ ਦਿਨ ਉਹ ਜਾਂਦਾ ਸੀ। ਅਸੀਂ ਜਦੋਂ ਕ੍ਰਿਸ਼ਨਾ ਨਗਰ ਏਰੀਏ 'ਚ ਗਏ ਤਾਂ ਉੱਥੇ ਇੱਕ ਲੇਡੀ ਸਾਹਮਣੇ ਘਰ ਵਾਲੇ ਦੁੱਧ ਵੇਚਦੇ ਸੀ, ਉਹਨਾਂ ਨਾਲ ਗੱਲ ਕੀਤੀ ਵੀ ਇੱਥੇ ਕੋਈ ਬੰਦੇ ਆਏ ਹੋਣ ਨਵੇਂ ਜਿਹਨੇ ਦੁੱਧ ਦੱਧ ਸ਼ੁਰੂ ਕੀਤਾ ਹੋਵੇ ਲੈਣੇ। ਉਹ ਬੰਦੇ ਸੀਗੇ ਰਾਜਸਥਾਨੀ, ਉਹ ਕਹਿੰਦੇ ਜੀ ਸਾਹਮਣੇ ਘਰ ਮੇ ਆਏ ਹੈ, ਉਹ 2 ਕਿਲੋ ਦੁੱਧ ਲੈਤੇ ਹੈ। ਉਹ 1000 ਕਾ ਨੋਟ ਮੁਝੇ ਸੁਬਹਾ ਥਮਾ ਰਹੀ ਸੀ। ਮੈਨੇ ਕਿਹਾ ਵੀ ਜਬ ਆ ਪੱਕੇ ਰਹਿਤੇ ਹੋ ਜਾਂ ਤਾਂ ਪੱਕੀ ਬਾਂਹ ਲੱਗੇਗੀ, ਹਮੇ ਪੈਸੇ ਨਾ ਦਿਓ। ਔਰ ਇੱਕ ਲੜਕਾ ਕਹਿੰਦੀ ਜੋ ਛੋਟਾ ਸਾ ਹੈ, ਉਹ ਟੈਂਕੀ ਕੇ ਪਿੱਛੇ ਘੁਸ ਕੇ ਸਾਰਾ ਦਿਨ ਬੈਠਾ ਰਹਿੰਦਾ, ਸੜਕ ਦੀ ਤਰਫ ਦੇਖਦਾ ਰਹਿੰਦਾ। ਉਹ SHO ਕ੍ਰਿਸ਼ਨਾ ਨਗਰ ਸਾਡੇ ਨਾਲ ਸੀ। ਅਸੀਂ ਜਦੋਂ ਜਾਣ ਦੀ ਤਿਆਰੀ ਕੀਤੀ, ਹਰਨੇਕ ਭੱਪ ਉੱਥੋਂ ਦਹਿ ਲਾਹੌਰੀਆ ਦੀ ਜਨਾਨੀ ਨੂੰ ਪਿੱਛੋਂ ਛਾਲ ਮਾਰ ਕੇ
ਇਹ ਨਿਕਲ ਗਏ ਉੱਥੋਂ। ਜਦ ਨੂੰ ਨਵਨੀਤ ਕਾਦੀਆਂ ਨੇ ਪ੍ਰਿੰਟਡ ਜੀ ਪੈਗ ਬੱਧੀ ਸੀ ਤੁਰਲੇ ਵਾਲੀ, ਇਹ ਉਹ ਕੰਧ ਉੱਤੋਂ ਟੱਪਣ ਲੱਗਾ। ਏ ਕੇ 47 ਦੇ ਹੱਥ ਸੀ, ਇਹਨੇ ਛਾਲ ਮਾਰੀ ਪਿੱਛੇ ਤਾਂ ਕ੍ਰਿਸ਼ਨਾ ਨਗਰ ਆਇਆ ਸੱਚੋ ਨੇ ਬ੍ਰਸ਼ਟ ਮਾਰਤਾ। ਇਹ ਉੱਥੇ ਡਿੱਗ ਗਿਆ। ਕਿੰਨੀ ਦੇਰ ਤਾਂ ਇਸ ਚੱਕਰ 'ਚ ਪਏ ਰਹੇ ਵੀ ਪ੍ਰਿੰਟਡ ਜੀ ਪਾਗਲਾ ਹੈ ਕੌਣ। ਫਿਰ ਬਾਅਦ ਦੇ ਵਿੱਚ ਸਾਰਾ ਖੁਲਾਸਾ ਉੱਥੇ ਹੋਇਆ ਵੀ ਇਹ ਹੈਗਾ ਨਵਨੀਤ ਕਾਦੀਆਂ। ਉਹ ਬੰਦੇ ਦੋ ਨਿਕਲ ਗਏ। ਉਸ ਤੋਂ ਬਾਅਦ ਜੀ ਅੰਦਰ 2.5 ਕਰੋੜ ਰੁਪਏ ਦੇ ਕਰੀਬ ਵੱਡਾ ਅਟੈਚੀ ਮੰਜੇ 'ਤੇ ਪਿਆ ਸੀਗਾ। 500-500 ਦੇ ਨੋਟ ਉਹ ਸੱਦੀਆਂ ਸੀਗੀਆਂ। ਸਾਨੂੰ ਸੂਰੀ ਸਾਹਿਬ ਕਹਿੰਦਾ ਵੀ ਤੁਸੀਂ ਬਾਹਰ ਚੱਲੋ, ਅੰਦਰ ਬੰਬ ਪਿਆ। ਮੈਂ ਕਿਹਾ ਜਿਹੜਾ ਬੰਬ ਸਾਨੂੰ ਵੱਜੇਗਾ ਉਹ ਸਾਨੂੰ ਹੀ ਵੱਜੂਗਾ। ਕਿਆ ਕਹਿੰਦਾ ਭੈਰੋ ਸਿੰਘ ਸ਼ਖਾਵਤ ਬਾਅਦ CM ਐਟ ਦੈਟ ਟਾਈਮ, ਉਹ ਮੌਕੇ 'ਤੇ ਆ ਗਿਆ ਉੱਥੇ। ਉਹਨੇ 10-10 ਹਜ਼ਾਰ ਰੁਪਇਆ ਸਾਨੂੰ ਪੰਜਾਬ ਵਾਲਿਆਂ ਨੇ 14 ਬੰਦਿਆਂ ਨੂੰ ਰਿਵਾਰਡ ਅਨਾਊਂਸ ਕਰਤਾ। ਚਲੋ ਉੱਥੋਂ ਜੋ ਕੁਛ ਹੋਇਆ ਉਹ ਸਾਰੀ ਕਹਾਣੀ ਨਿਬੜ ਗਈ। ਭੱਪ ਨੇ ਉੱਥੇ ਇੱਕ ਪਾਰਟਨਰ ਕੌਮ ਸੀਗੀ ਜੈਪੁਰ, ਜਿਹੜੇ ਦੰਦ ਹੁੰਦੇ ਜੇ ਲੋਕਾਂ ਨੇ ਠੀਕ ਕਰਦੇ, ਪੈਸੇ ਇਹਨੂੰ ਬਾਹਰੋਂ ਫੰਡ ਆਉਂਦਾ ਸੀ ਹਰ ਮਹੀਨੇ। ਇਹਨੇ ਉੱਥੇ ਇੱਕ ਜਿੰਮ ਬਣਾ ਲਿਆ ਜੈਪੁਰ। ਸਵੇਰੇ 4 ਵਜੇ ਜਿੰਮ ਖੋਲ੍ਹਦਾ ਸੀ, ਟਾਈਮ ਵਧੀਆ ਲਗਾਈਦੇ। ਉਹ ਪਾਰਟਨਰਾਂ ਦੀ ਕੁੜੀ ਨਾਲ ਇਹਨੇ ਵਿਆਹ ਕਰ ਲਿਆ। ਉਹ ਜਿਹਦੀ ਕੁੜੀ ਨਾਲ ਵਿਆਹ ਹੋਇਆ ਉਹਨਾਂ ਦਾ ਇੱਕ ਰਿਸ਼ਤੇਦਾਰ ਰੋਪੜ ਸੀਗਾ, ਇਹ ਕੁੜੀ ਨੂੰ ਲੈ ਕੇ ਰੋਪੜ ਆ ਗਿਆ ਉਹਨਾਂ ਕੋਲ। ਰਾਤ ਨੂੰ ਬੱਸ ਸਟੈਂਡ ਦੇ ਸਾਹਮਣੇ ਚੰਡੀਗੜ੍ਹ ਇਹ ਰਾਤ ਰਹੇ ਉੱਥੇ। ਉੱਥੋਂ ਇਹ ਫਿਰ ਚਲੇ ਗਏ ਵਾਪਸ ਜੈਪੁਰ। ਚਲੋ ਉੱਥੋਂ ਜਦੋਂ ਇਹ ਨਿਕਲ ਨੁਕਲ ਗਏ, ਦੈਟ ਵਾਜ 1995, ਮੈਂ ਆ ਕੇ ਲੱਗ ਗਿਆ CA ਇੰਸਪੈਕਟਰ ਫਤਿਹਗੜ੍ਹ ਸਾਹਿਬ। ਮੇਰੇ ਕੋਲ ਕੋਈ ਬੰਦਾ ਆਇਆ, ਮੈਨੂੰ ਮਿਲਿਆ, ਉਹ ਕਹਿੰਦਾ ਵੀ ਇੱਦਾਂ ਇੱਦਾਂ ਆਹ ਗੱਲ ਹੈ, ਮੈਂ ਤੁਹਾਨੂੰ ਹਰਨੇਕ ਸਿੰਘ ਬਾਰੇ ਸੂਚਨਾ ਦੇਣੀ ਹੈ। ਮੈਂ ਕਿਹਾ ਦੇ ਦਿਓ ਹੁਣ ਕਾਫੀ, ਤਾਂ ਮੈਂ 50% ਤਾਂ ਮੈਨੂੰ ਪਤਾ ਹੀ ਸੀ। ਇੱਕ ਫੈਮਿਲੀ ਜਿਹੜੀ ਹੈ ਜਗਰਾਉਂ, ਜਿਹਨਾਂ ਦੇ ਘਰ ਜਾਂਦਾ ਹੁੰਦਾ ਸੀਗਾ, ਉਹ ਸਾਰਾ ਕਾਨੂੰਨ ਲੰਬੀ ਗੱਲ ਕਲੀਅਰ ਕਰਨੀ ਹੈ। ਇਹ ਉੱਥੇ ਹੀ ਸੌਂਦਾ ਸੀ ਜਾ ਕੇ, ਰਾਤ ਨੂੰ ਉਹਨਾਂ ਕੋਲ ਰਹਿੰਦਾ ਸੀ। ਉਹਨਾਂ ਦਾ ਇੱਕ ਮੁੰਡਾ ਜਿਹੜਾ ਸੀ ਉਹ 10ਵੀਂ ਪਾਸ ਸੀਗਾ, ਇਹਨੇ ਉਹਦਾ 10ਵੀਂ ਦਾ ਸਰਟੀਫਿਕੇਟ ਲੈ ਕੇ ਫਗਵਾੜੇ ਇੱਕ ਸਪੋਰਟਸ ਕਾਲਜ ਹੈ ਉਹਦੇ 'ਚ ਐਡਮਿਸ਼ਨ ਲੈ ਲਈ। ਐਡਮਿਸ਼ਨ 2-3 ਸਾਲ ਇੱਕੋ ਕਲਾਸ 'ਚ ਬੈਠਾ, ਉਹਦੇ ਪਾਸ ਹੀ ਨਹੀਂ ਕੀਤੀ, ਫਗਵਾੜੇ ਰਹੀ ਗਿਆ ਉਸ ਟਾਈਮ। ਉਸ ਤੋਂ ਬਾਅਦ ਚਲੋ ਇਹਨੂੰ ਜਦੋਂ ਸਪੋਰਟਸ ਦੀ ਨੌਲੇਜ ਹੋ ਗਈ, ਇਹਨੇ ਪਟਿਆਲੇ ਯੂਨੀਵਰਸਿਟੀ ਦੇ ਕੋਲ ਇੱਕ ਘਰ ਲਿਆ ਮੁੱਲ ਲੈ ਕੇ। ਇਹ 5 ਵਜੇ ਮੋਟਰਸਾਈਕਲ ਦੇ ਬੱਚੇ ਜਿਹੜੇ ਛੋਟੇ ਸੀ ਉਹਨਾਂ ਨੂੰ ਟ੍ਰੇਨਿੰਗ ਦਿੰਦਾ ਸੀ ਪੰਜਾਬੀ ਯੂਨੀਵਰਸਿਟੀ ਪਟਿਆਲੇ। ਇਹ ਉੱਥੇ 5 ਵਜੇ ਆ ਜਾਂਦਾ, ਮੈਂ CA ਸਰਹੰਦ ਸੀ, ਅਸੀਂ ਉਹਨੂੰ ਲੈ ਕੇ ਨਾਲ ਬੰਦੇ ਨੂੰ ਪਟਿਆਲੇ ਪੰਜਾਬੀ ਯੂਨੀਵਰਸਿਟੀ ਜਾ ਵੜੇ। ਉਹ ਕਹਿੰਦਾ ਜੀ ਉਹ ਆ ਗਿਆ। ਇਹਨੂੰ ਅਸੀਂ ਫੜਿਆ, ਫੜ ਕੇ ਇਹਦੇ ਘਰ ਉੱਤੇ ਲੈ ਕੇ ਗਏ ਅਰਬਨ ਸਟੇਟ। ਉੱਥੇ ਬੜਾ ਕੁਛ ਉੱਪਰ ਥੱਲੇ ਕਈ ਗੱਲਾਂ ਜਿਹੜੀਆਂ ਨਹੀਂ ਵੀ ਆਪਾਂ ਦੱਸ ਸਕਦੇ। ਉਹਨਾਂ ਨੂੰ ਲੈ ਕੇ ਅਸੀਂ ਫਿਰ CA ਸਰਹੰਦ ਆ ਗਏ, SSP ਸਾਹਿਬ ਆ ਗਏ। ਚਲੋ ਇਹ ਨਾਮੀ ਸੀਗਾ ਲੁਧਿਆਣੇ, ਨਾਮ ਵੀ ਇਹਦਾ ਜ਼ਿਆਦਾ ਸੀਗਾ। ਉੱਥੋਂ ਕਰ ਕੁਰ ਕੇ ਸੈਨਿਕ ਇਹਦੀ ਅਰੈਸਟ ਪੈ ਗਈ। ਇਹਨੇ ਫਿਰ ਕੁਛ ਬਰਾਮਦਗੀਆਂ ਕਰਵਾਈਆਂ ਜਿਹਨਾਂ 'ਚ ਕੋਈ ਬਰੂਦ ਸੀਗਾ, ਉਹ ਬਰੂਦ ਦਾ ਇਹਦਾ ਪਰਚਾ ਦੇ ਦਿੱਤਾ ਸਦੀਕੀ ਵਾਸ DG ਐਟ ਦੈਟ ਟਾਈਮ। ਚਲੋ ਹੋ ਗਿਆ ਉਹ ਸਾਰਾ ਕੁਛ ਅਰੈਸਟ। ਇਹ ਹੈਗੀ ਜੀ 2002-03 ਦੇ 1995 'ਚ ਜੈਪੁਰ ਨੂੰ ਸਾਡੇ ਕੋਲ ਟਿਕਲਿਆ ਹੈ। ਉਸ ਤੋਂ ਬਾਅਦ ਤੁਸੀਂ ਦੇਖੋ ਇਹਨੂੰ ਲੈ ਗਏ ਉਹ ਜੈਪੁਰ ਵਾਲੇ ਦਿੱਲੀ, ਕਿਡਨੈਪਿੰਗ ਦਾ ਪਰਚਾ ਦਰਜ ਸੀ ਉਹਦੇ ਵਿੱਚ। ਕੋਈ ਇਹਦੇ ਮਰਡਰ ਮੁਰਡਰ ਦਾ ਲੁਧਿਆਣੇ ਦਾ ਕੋਈ ਹਿਸਾਬ ਕਿਤਾਬ ਕਿੰਨੇ ਕੁ ਸੀਗੇ। ਅੱਜ ਤੱਕ ਵੀ ਉਹ ਤਿਹਾੜ ਪਹਿਲਾਂ ਰਿਹਾ ਹੈ, ਉਹ ਨਾਭੇ ਉਹ ਤਿਹਾੜ ਜੇਲ੍ਹ 'ਚ ਦਿੱਲੀ ਹੈ। ਅਤੇ ਇਹ ਲੋਕ ਨਾ ਕਈ ਗੱਲਾਂ 'ਚ ਜਿਹੜੇ ਬਹੁਤ ਗਿਰੇ ਹੋਏ ਹੁੰਦੇ, ਜਿਨ੍ਹਾਂ ਨੂੰ ਮੈਂ ਦੱਸਣਾ ਵੀ ਆਪਣੇ ਮੂੰਹ ਤੋਂ ਵੀ ਨਹੀਂ ਲੈਣਾ ਚਾਹੁੰਦਾ, ਇਹੀ ਜਿਹੀਆਂ ਗੱਲਾਂ ਹੈਗੀਆਂ ਵਿੱਚ। ਉਹਦੀ ਅਰੈਸਟ ਤੋਂ ਬਾਅਦ ਇਹ ਕੁਛ ਕੇਸ ਦੇ ਜਿਹੜੇ ਸੀਗੇ ਉਹਦੇ 'ਚ ਇਹਨੂੰ ਸਜ਼ਾ ਹੋ ਗਈ ਸੀ RDX ਵਾਲੇ 10 ਸਾਲ। ਅਤੇ ਹੁਣ ਉਹ ਦਿੱਲੀ ਇਸ ਵੇਲੇ ਤਿਉਹਾਰ 'ਚ ਬੈਠਾ। ਜਿਹੜਾ ਗੁਰਜੰਟ ਸਿੰਘ ਬੁੱਧਸਿੰਘਵਾਲਾ ਸੀ ਉਹ 4 ਬੰਦੇ ਮੋਢੀ ਸੀਗੇ, ਮਨੋਹਰ ਧੀਰਾ ਭਾਈਕਾਵਾਲਾ, ਇਹ ਮੋਗੇ ਦੇ ਕੋਲ ਪਿੰਡ ਆ ਭਾਈਕਾਵਾਲਾ ਉੱਥੋਂ ਦਾ ਧੀਰਾ, ਮਨਜਿੰਦਰ ਹੀ ਸੀ 3 ਨੰਬਰ 'ਤੇ, ਚੌਥੇ 'ਤੇ ਸੀ ਜਿਹਦਾ ਰਜਿੰਦਰ ਚੋਢੇ ਬਾਰੇ ਮੈਂ ਤੁਹਾਨੂੰ ਪਹਿਲਾਂ ਜ਼ਿਕਰ ਕੀਤਾ ਸੀ, ਮੈਂ ਇਹਨੂੰ ਫੜਿਆ ਰਜਿੰਦਰ ਚੋਢੇ ਨੂੰ, ਉਹ ਸਰਕਾਰ ਨੇ ਛੁਡਵਾਇਆ ਮੈਥੋਂ।
ਉਸ ਤੋਂ ਬਾਅਦ ਜਿਹੜਾ ਹਰਨੇਕ ਭੱਪ ਆ ਗਿਆ ਮੇਨ ਜਿਹੜਾ ਹਿੱਟਮੈਨ ਸੀਗਾ ਉਹ ਸੀਗਾ ਹਰਨੇਕ ਦੇ ਨਾਲ ਭਾਈਕੇ ਵਾਲੇ ਵਾਲਾ ਇਹਨਾਂ ਨੇ ਇੰਸਪੈਕਟਰ ਸੋਢਾ ਸ਼ੇਨ ਬਡਵੀ ਨਾਲ ਲੁਧਿਆਣੇ ਮਾਰਿਆ ਉਹ ਆਪਣੀ ਗੱਡੀ 'ਚ ਉਹਦੇ ਕੋਲ ਮਿੰਦਰਾ ਜੀਪ ਸੀਗੀ ਛੇ ਨੰਬਰ ਇਲਾਕੇ 'ਚ ਰਸ਼ ਬਹੁਤ ਹੁੰਦਾ ਉੱਥੋਂ ਜਦੋਂ ਇਹ ਨਿਕਲੇ ਤੇ ਸੈਣੀ ਮੋਟਰਸਾਈਕਲ ਇਹਨਾਂ ਨੇ ਮਗਰ ਐਲਬਨ ਨਿਸ਼ਾਨ ਲਾ ਲਈ ਮਨੋਹਰ ਧੀਰਾ ਅਤੇ ਗੁਰਜੰਟ ਉੱਤੇ ਟੂਲ 'ਚ ਪਾਏ ਸੀ ਇਹਨਾਂ ਕੋਲ 147 ਸੀ ਇਹ ਗੱਡੀ ਚਲਾ ਰਿਹਾ ਸੀ ਰਜਿੰਦਰ ਚੋਢਾ ਗੁਰਜੰਟ ਕਰਿੰਦਰ ਸਾਈਡ ਬੈਠਾ ਸੀ ਉਹਦੇ ਕੋਲ ਉਹਦੀ ਸੀਗੀ ਜਦੋਂ ਉਹ ਉੱਥੇ ਟ੍ਰੈਫਿਕ 'ਚ ਗੱਡੀ ਰੁਕ ਗਈ ਗੁਰਜੰਟ ਨੂੰ ਮੈਂ ਸੀ ਵੀ ਕਲੀਅਰ ਕਰ ਲਈਏ ਕੋਈ ਗਲਤ ਬੰਦਾ ਨਾ ਮਾਰ ਦਈਏ ਗੁਰਜੰਟ ਥੱਲੇ ਉਤਰਿਆ ਜਿਹੜਾ ਪਿੱਛੇ ਸਿਪਾਹੀ ਬੈਠਾ ਸੀ ਗੱਡੀ 'ਚ ਉਹਨੂੰ ਕਹਿੰਦਾ ਕਿਹੜੇ ਸਾਹਿਬ ਨੇ ਉਹ ਕਹਿੰਦਾ ਸੋਢਾ ਹੁਣ ਤਾਂ ਨਹੀਂ ਬਣਾਉਣੀ ਉਹ ਕਰਕੇ ਚਲੋ ਜਦੋਂ ਇਹ ਗੱਡੀ ਜਾ ਕੇ ਬੈਠੇ ਇਹਨਾਂ ਨੇ ਲਿਫਟ ਫਾਇਰ 'ਤੇ ਫਾਇਰ ਸ਼ੁਰੂ ਕਰਤਾ ਉੱਤੋਂ ਮਨੋਹਰ ਦੀ ਰੇੜਾ ਨੇ ਇੱਧਰ ਹੋਏ ਨੇ ਉਹਦੇ ਜਿਹੜਾ ਉਹ ਸੋਢਾ ਇੰਸਪੈਕਟਰ ਹੈ ਸੰਡਾ ਮਾਰਿਆ ਗਿਆ ਸੀ ਇਹ KLF ਦਾ ਜਿਹੜਾ ਰੋਲ ਸੀਗਾ ਹੀਵਾ ਦਾ ਸੱਚਾ ਧੂਰੀ ਬਹੁਤ ਪਹਿਲਾਂ 84-4 'ਚ ਕਿਤੇ ਉਹਨੇ ਈਸੀ ਫੜਿਆ ਸੀ ਈਸੀ ਦਾ ਫੜ ਕੇ ਨਾ 9 ਪਲਾਸ ਨਾਲ ਉਹਨੇ ਖਿੱਚੇ ਸੀ ਈਸੀ ਰੋਇਆ ਗੁਰਜੰਟ ਕੋਲ ਕਹਿੰਦਾ ਮੈਂ ਇਹਨੂੰ ਛੱਡਣਾ ਨਹੀਂ ਇਹਨੇ ਮੇਰੇ ਨਾਲ ਬੁਰੀ ਬੜੀ ਕੀਤੀ ਉਸ ਗੱਲ ਦਾ ਰਵੈਂਜ ਇਹਨਾਂ ਨੇ ਆ ਗਏ ਉਹ 6 ਨੰਬਰ ਡਿਵੀਜ਼ਨ ਲੁਧਿਆਣੇ ਦਾ ਹੁਣ ਮੈਨੂੰ ਇਹ ਵੀ ਪਤਾ ਲੱਗਿਆ ਵੀ ਉਹਦਾ ਬੇਟਾ ਵੀ ਤੁਹਾਡੇ ਦਾ ਸ਼ਾਇਦ ਇਸੇ ਹੀ ਭਰਤੀ ਹੋ ਗਿਆ ਪੱਕਾ ਨਹੀਂ ਮੈਨੂੰ ਪਤਾ ਕਿਉਂਕਿ ਮਿਲੇ ਹੀ ਨਹੀਂ ਕਦੇ ਤੁਹਾਡੇ ਨਾਲ ਮੇਰੀ ਦੋਸਤੀ ਸੀਗੀ ਚੰਗੀ